ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਜਿੱਥੇ ਪੂਰੇ ਦੇਸ਼ ਵਿੱਚ ਜਨਤਾ ਕਰਫਿਊ ਲਗਾ ਕੇ ਅੱਜ ਤੋਂ ਲਾਕਡਾਊਨ ਕਰ ਦਿੱਤਾ ਗਿਆ ਹੈ, ਗੁਰਦਾਸਪੁਰ ਵਿੱਚ ਵੀ ਪੂਰਨ ਤੌਰ ਤੇ ਜਨਤਾ ਕਰਫਿਊ ਦਾ ਅਸਰ ਦੇਖਣ ਨੂੰ ਮਿਲਿਆ ਹੈ। ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਜੀਤ ਸਿੰਘ ਪਾੜਾ ਦੀ ਸਫਾਈ ਕਰਮਚਾਰੀਆਂ ਨਾਲ ਵਿਧਾਇਕ ਬਰਿੰਦਰਜੀਤ ਸਿੰਘ ਪਾੜਾ ਵੀ ਸਫਾਈ ਕਰਮਚਾਰੀਆਂ ਨੂੰ ਨਾਲ ਲੈ ਕੇ ਗੁਰਦਾਸਪੁਰ ਦੇ ਬਾਜ਼ਾਰਾਂ ਨੂੰ ਖੁਦ ਸੈਨੇਟਾਈਜ਼ ਕਰ ਰਹੇ ਹਨ ਅਤੇ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਘਰਾਂ ਵਿੱਚ ਹੀ ਰਹਿਣ ਅਤੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨ। ਸ਼ਹਿਰ ਦੇ ਬਾਜ਼ਾਰਾਂ ਨੂੰ ਸੈਨੇਟਾਈਜ਼ ਕਰ ਰਹੇ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਜੀਤ ਸਿੰਘ ਪਾੜਾ ਨੇ ਕਿਹਾ ਹੈ ਕਿ ਉਹ ਆਪਣੇ ਜ਼ਿਲ੍ਹੇ ਦੇ ਨੁਮਾਇੰਦੇ ਹਨ ਅਤੇ ਲੋਕਾਂ ਦੀ ਸਿਹਤ ਦੀ ਜ਼ਿੰਮੇਵਾਰੀ ਉਹਨਾਂ ਦੀ ਹੈ ਅਤੇ ਇਸ ਲਈ ਉਹ ਲੋਕਾਂ ਨੂੰ ਇਸ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਅੱਜ ਉਹ ਸ਼ਹਿਰ ਨੂੰ ਖੁਦ ਸੈਨੇਟਾਈਜ਼ ਕਰ ਰਹੇ ਹਨ ਅਤੇ ਨਾਲ ਹੀ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਘਰਾਂ ਵਿੱਚ ਹੀ ਰਹਿਣ ਅਤੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨ ਜੋ ਕੋਰੋਨਾ ਵਾਇਰਸ ਨੂੰ ਖਤਮ ਕੀਤਾ ਜਾ ਸਕੇ। ਜਿਹੜਾ ਪੂਰੇ ਸਮੁੱਚੇ ਮੁਲਕਾਂ ਦੇ ਵਿੱਚ ਦੁਨੀਆ ਦੇ ਵਿੱਚ ਕੋਰੋਨਾ ਦਾ ਜਿਹੜਾ ਕਹਿਰ ਹੋਇਆ ਉਹ ਜਿੱਥੇ ਸਾਰੇ ਆਪੋ ਆਪਣੇ ਦੇਸ਼ ਜਿਹੜੇ ਆ ਜਿੰਨੀ ਵੀ ਜਦੋਜਹਿਦ ਕਰ ਰਹੇ ਨੇ ਉੱਥੇ ਮੇਰੇ ਗੁਰਦਾਸਪੁਰ ਸ਼ਹਿਰ ਦੇ ਲੋਕ ਜਿਹੜੇ ਜਿਨ੍ਹਾਂ ਨੂੰ ਰਿਕੁਐਸਟ ਕੀਤੀ ਸੀ ਸਾਰੇ ਨੇ, ਸੈਂਟਰ ਗੌਰਮੈਂਟ ਨੇ ਵੀ, ਪੰਜਾਬ ਗੌਰਮੈਂਟ ਨੇ ਵੀ ਕਿਹਾ ਜਨਤਾ ਕਰਫਿਊ ਆ ਔਰ ਉਹਦੀ ਬੜੇ ਸੁਚੱਜੇ ਢੰਗ ਦੇ ਨਾਲ ਗੁਰਦਾਸਪੁਰ ਦੇ ਲੋਕਾਂ ਨੇ ਔਰ ਸਾਰੇ ਸਮੁੱਚੇ ਪੰਜਾਬ ਦੇ ਲੋਕਾਂ ਨੇ, ਈਵਨ ਮੈਂ ਕਹਿ ਸਕਦਾ ਹਿੰਦੁਸਤਾਨ ਦੇ ਲੋਕਾਂ ਨੇ ਉਹਦੀ ਪਾਲਣਾ ਕੀਤੀ ਹੈ। ਔਰ ਅੱਜ ਉਸੇ ਕੜੀ ਤਹਿਤ, ਕਿਉਂਕਿ ਜਿਹੜਾ ਕਰੋਨਾ ਵਾਇਰਸ ਹੈ ਇਹ ਖਤਰਨਾਕ ਜ਼ਰੂਰ ਹੈ ਪਰ ਥੋੜ੍ਹਾ ਜਿਹਾ ਵੀ ਅਸੀਂ ਅਵੇਅਰ ਹੋ ਜਾਈਏ ਤਾਂ ਕੋਈ ਖਤਰਨਾਕ ਨਹੀਂ ਹੈ। ਸੋ ਇੱਕ ਚੇਨ ਤੋੜਨ ਦੀ ਗੱਲ ਹੈ ਔਰ ਅੱਜ ਜੇ ਸਭ ਤੋਂ ਵੱਡਾ ਇਹਦਾ ਇਲਾਜ ਇਹੀ ਹੈ ਕਿ ਅਸੀਂ ਆਪਦੇ ਘਰਾਂ ਦੇ ਵਿੱਚ ਬਹਿ ਕੇ ਆਪਣੇ ਹੱਥਾਂ ਨੂੰ ਵੱਧ ਤੋਂ ਵੱਧ ਧੋਈਏ, ਸੈਨੀਟਾਈਜ਼ ਕਰੀਏ, ਆਪਣੇ ਮੇਨ ਦਰਵਾਜ਼ਿਆਂ ਨੂੰ ਸੈਨੀਟਾਈਜ਼ ਕਰੀਏ। ਬਿਲਕੁਲ ਮੈਂ ਆਪਣੇ ਹੱਥੀਂ ਕਰ ਰਿਹਾ ਕਿਉਂਕਿ ਆਪਾਂ, ਮੈਂ ਪਬਲਿਕ ਰਿਪ੍ਰੈਜੈਂਟੇਟਿਵ ਹਾਂ ਇੱਥੋਂ ਦਾ ਔਰ ਜੇ ਆਪਾਂ ਹੀ ਘਰਾਂ 'ਚ ਬਹਿ ਗਏ ਅਤੇ ਫਿਰ ਕੋਈ ਧਿਆਨ ਨਹੀਂ ਰੱਖ ਸਕਦਾ। ਸੋ ਮੈਂ ਸਵੇਰ ਤੋਂ ਹੀ ਇਸ ਮਸਲੇ 'ਚ ਲੱਗਿਆ ਸੀਗਾ ਕਿ ਸਾਰੇ ਸ਼ਹਿਰ 'ਚ ਉੱਤੇ ਸਫਾਈ ਕਰਾਵਾਂ, ਉਹ ਮੇਰੀ ਜ਼ਿੰਮੇਵਾਰੀ ਹੈ ਬਤੌਰ ਵਿਧਾਇਕ ਔਰ ਸਫਾਈ ਕਰਾਉਣ ਦੇ ਨਾਲ ਨਾਲ ਸਮੁੱਚਾ ਸ਼ਹਿਰ ਜਿਹੜਾ ਉਹਨੂੰ ਮੈਂ ਸੈਨੀਟਾਈਜ਼ ਕਰਾਊਂਗਾ। ਇਹ ਨਹੀਂ ਕਿ ਅੱਜ ਹੀ 2 ਘੰਟੇ ਇੱਥੇ ਲਾ ਕੇ ਮੈਂ ਚਲਾ ਜਾਊਂਗਾ, ਮੈਂ ਇਹਨਾਂ ਦੇ ਨਾਲ ਹਾਂ ਔਰ ਪੂਰਾ ਸੈਨੀਟਾਈਜ਼ ਕਰਾਉਣ ਤੋਂ ਬਾਅਦ ਕੱਲ੍ਹ ਫਿਰ ਕੋਸ਼ਿਸ਼ ਕਰਾਂਗਾ ਕਿ ਕੱਲ੍ਹ ਹੋਰ ਵੀ ਟਰੈਕਟਰ ਜਾਂ ਟੈਂਕ ਜਿਹੜੇ ਅਵੇਲੇਬਲ ਕਰਾ ਸਕਾਂ ਔਰ ਸਮੁੱਚਾ ਸ਼ਹਿਰ ਜਿਹੜਾ ਰਹਿ ਜਾਏਗਾ ਉਹ ਵੀ ਕੱਲ੍ਹ ਸੈਨੀਟਾਈਜ਼ ਕਰਾਵਾਂ ਔਰ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਕਰੋਨਾ ਵਾਇਰਸ ਜਿਹੜਾ ਉਹਨੂੰ ਅਸੀਂ ਹਾਰ ਜਿਹੜੀ ਆ ਉਹ ਜ਼ਰੂਰ ਦੇਵਾਂਗੇ, ਕਿਉਂਕਿ ਇਹ ਇਕੱਠਾ ਉਪਰਾਲਾ ਅਸੀਂ ਕਰਨਾ ਔਰ ਮੈਂ ਉਮੀਦ ਵੀ ਕਰਦਾ ਕਿ ਮੇਰੇ ਗੁਰਦਾਸਪੁਰ ਦੇ ਲੋਕ ਜਿਹੜੇ ਆ ਉਹ ਅਗਾਂਹ ਵੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਜੀ ਨੇ, ਈਵਨ ਰਾਜਸਥਾਨ ਦੇ ਵਿੱਚ ਹੋਰ ਵੀ ਸਟੇਟਾਂ ਦੇ ਵਿੱਚ ਜਿਹੜਾ ਲੋਕਡਾਊਨ ਦਾ ਕਾਲ ਆਈ ਹੈ ਔਰ 31 ਤਰੀਕ ਤੱਕ ਜਿਹੜੀ ਆ ਲੋਕਡਾਊਨ ਦੀ ਕਾਲ ਆਈ ਹੈ, ਪਰ ਟਾਈਮ ਟੂ ਟਾਈਮ ਜਿਵੇਂ ਜਿਵੇਂ ਵੀ ਸਰਕਾਰਾਂ, ਚਾਹੇ ਸੈਂਟਰ ਗੌਰਮੈਂਟ ਨੇ ਚਾਹੇ ਸਟੇਟ ਗੌਰਮੈਂਟਸ ਨੇ, ਉਹ ਜਿਵੇਂ ਵੀ ਗਾਈਡ ਕਰੀ ਜਾਣਗੇ ਅਸੀਂ ਸਾਰੇ ਰਲ ਕੇ ਉਹਦੀ ਪਾਲਣਾ ਕਰੀਏ। ਅਸੀਂ ਸੜਕਾਂ ਦੇ ਉੱਤੇ ਹਾਂ, ਸਮੁੱਚਾ ਕਮੇਟੀ ਘਰ ਦੇ ਮੁਲਾਜ਼ਮ, ਆਫਿਸਰ ਸਾਹਿਬਾਨ ਔਰ ਮੈਂ ਖੁਦ ਸੜਕਾਂ 'ਤੇ ਹਾਂ ਔਰ ਇਹ ਜੰਗ ਤਾਂ ਹੀ ਜਿੱਤੀ ਜਾ ਸਕਦੀ, ਅਸੀਂ ਸੜਕਾਂ 'ਤੇ ਰਹੀਏ ਅਤੇ ਤੁਸੀਂ ਘਰਾਂ 'ਚ ਰਹੋ ਤਾਂ ਜੋ ਰਲ ਕੇ ਅਸੀਂ ਇਸ ਲੜਾਈ 'ਤੇ ਜਿੱਤ ਪਾ ਸਕੀਏ। ਬੁਲੰਦ ਟੀਵੀ ਲਈ ਬਟਾਲਾ ਤੋਂ ਜਸਵਿੰਦਰ ਬੇਦੀ ਦੀ ਰਿਪੋਰਟ।